अस्सलाम वालेकुम जी, मैं हाँ तुहाड़ा अपना होस्ट बाबा जी, और मैं तुहानूं दिखाण जा रहा वां मलिक साहब दी स्टोरी। सरदार कंवरजीत सिंह मलिक बेसिकली ते ए बिलोंग, अगर देखा जाए इन्हां दा पिछोकड़ पिंड जिहड़ा डेरा खालसा है रावलपिंडी तो, तुसीं अगर कलर जाओ, कलर सईदां जाओ ते तकरीबन 20 किलोमीटर तो बाद जिहड़ा उह आ जांदा रावलपिंडी तो डेरा खालसा। डेरा खालसा तो इन्हां दे फोरफादर्स माइग्रेट करके पहुँच जाते हैं रावलपिंडी। रावलपिंडी आके इन्हां दे फोरफादर वसदे ने, और इन्हां अगे इन्हां दी स्टोरी जिहड़ी है उन्हां कोलों पुछदे हाँ कि इह जदों उत्थे पहुँचे इन्हां दा किस वेले जन्म होया, इन्हां दी पैदाइश कदों हुई, और कित्थे कित्थे इन्हां ने की देखिया और किस तरह पढ़े। मलिक साहब तुहानूं जी आयां नूं फिर एक बार आखना मैं, तां दसो तुसी के अपने बर्थ बारे दसो तुसी के तुसी कदों पैदा होए और किस तरह तुसी स्कूल वगैरह ज्वाइन किया रावलपिंडी विच। मैं 7 नवंबर 1930 नूं नेहरू रोड जिहड़ा साडा बुजुर्गां दा मकान सी ते उत्थे पैदा होया मैं। हुण उस रोड नूं की कहिंदे ने, नेहरू रोड नूं? नेहरू रोड जिहड़ी है ओह ਮੈਨੂੰ ਨਹੀਂ ਪਤਾ ਕਿ ਪਿੱਛੋਂ ਨਹਿਰੂ ਰੋਡ ਦਾ ਨਾਂ ਕਿਉਂ ਪਿਆ ਨਹਿਰੂ ਰੋਡ, ਮੈਨੂੰ ਇਹ ਨਹੀਂ ਪਤਾ। ਅਤੇ ਲੇਕਿਨ ਉਹ ਨਹਿਰੂ ਰੋਡ ਹੈ, ਉਹ ਸ਼ੁਰੂ ਹੁੰਦੀ ਹੈ ਰਾਜਾ ਬਾਜ਼ਾਰ ਦੇ ਇਸ ਪਾਸੇ ਦੀ ਐਂਡ ਤੋਂ, ਐਂਡ ਚੋਏ ਜਿਹੜੇ ਬਣੇ ਹੋਏ ਲਈ ਦਾ ਚੋਏ ਉੱਥੇ ਤੱਕ ਇਹ ਨਹਿਰੂ ਰੋਡ ਰਖਵਾਉਂਦੀ ਹੈ। ਅਤੇ ਉਸ ਤੋਂ ਪਹਿਲਾਂ ਇਹ ਸਜਿਆ ਮੁੜਦੀ ਹੈ ਅਤੇ ਉੱਥੇ ਅਸਗਰ ਮਾਲ ਰੋਡ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਮਰੀ ਰੋਡ 'ਤੇ ਜਾ ਕੇ ਖਤਮ ਹੁੰਦੀ। ਠੀਕ ਹੋ ਗਿਆ। ਅੱਛਾ, ਅਤੇ ਹੁਣ ਇਹ ਜਿਹੜੀ ਉਸ ਤੋਂ ਪਹਿਲੇ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਡੀ ਫੈਮਿਲੀ ਦੇ 1907 ਤੋਂ ਲੈ ਕੇ 1928 ਤੱਕ 14 ਬ੍ਰਦਰਸ ਐਂਡ ਕਜ਼ਨਸ ਦੇ ਸਟੱਡੀਡ ਇਨ ਇੰਗਲੈਂਡ। ਦੇ ਸਟੱਡੀਡ ਇਨ ਇੰਗਲੈਂਡ, ਦੈਟ ਵਾਜ਼ ਦਾ ਮੋਸਟ ਐਜੂਕੇਟਿਡ ਫੋਰਨ ਐਜੂਕੇਟਿਡ ਫੈਮਿਲੀ ਆਫ ਮਲਿਕਸ ਇਨ ਰਾਵਲਪਿੰਡੀ। ਇਨ ਰਾਵਲਪਿੰਡੀ ਅਤੇ ਬਾਕੀ ਦੇ ਲੋਕ ਜਿਹੜੇ ਨੇ ਬਾਅਦ ਵਿੱਚ ਉਹਨਾਂ ਦੇ ਨਾਲ ਜਾਣੇ ਸ਼ੁਰੂ ਹੋਏ ਇੱਥੇ, ਜਿਹੜੇ ਕਿ ਸਾਨੀ ਲੋਕ, ਸੂਰੀ ਲੋਕ, ਅਤੇ ਇਹ ਇਸ ਤਰ੍ਹਾਂ ਗਏ ਉੱਥੇ। ਤੁਹਾਡੀ ਮਦਰ ਦਾ ਕੀ ਨਾਮ ਸੀ? ਮੇਰੀ ਮਦਰ ਦਾ ਨਾਂ ਸੀ ਬਲਵੰਤ ਕੌਰ। ਔਰ ਤੁਹਾਡੇ ਫਾਦਰ ਜੀ ਦਾ? ਅਤੇ ਮੇਰੇ ਫਾਦਰ ਦਾ ਨਾਂ ਸੀ ਮਲਿਕ ਮੁਕਵੈਨ ਸਿੰਘ, ਅਤੇ ਇਹਨਾਂ ਨੇ ਬਾਰਟਲਾ ਕੀਤੀ ਲੰਡਨ, ਅਤੇ ਬਲਵੰਤ ਕੌਰ ਘਰ ਪੜ੍ਹੇ ਹੋਏ ਸੀ ਉਸ ਵੇਲੇ। ਅਤੇ ਇਹ ਲੜਕੀ ਸੀ ਲਾਲਾ ਭਗਵਾਨ ਦਾਸ ਦਾ ਜੀ, ਅਤੇ ਜਿਹੜੇ ਭਗਵਾਨ ਦਾਸ ਸਾਹਿਬ ਸਨ ਉਹ 4 ਭਰਾ ਸਨ, ਅਤੇ ਇੱਕ ਦੂਸਰਾ ਭਰਾ ਜਿਹੜਾ ਸੀ ਛੋਟਾ ਭਰਾ ਇਹਨਾਂ ਤੋਂ, ਭਗਵਾਨ ਦਾਸ ਤੋਂ ਛੋਟਾ। ਇਹ ਉਹਨਾਂ ਨੇ ਮੇਰੀ ਮਦਰ ਨੂੰ ਅਤੇ ਮੇਰੇ ਮਾਮਾ ਜੀ ਨੂੰ, ਕਿਉਂਕਿ ਮਦਰ ਦੀ ਡੈਥ ਹੋ ਗਈ ਜਦ ਮੇਰੇ ਮਾਮਾ ਜੀ ਪੈਦਾ ਹੋਏ, ਅਤੇ ਫਾਦਰ ਦੀ ਡੈਥ ਹੋ ਗਈ ਵੈਨ ਮਾਈ ਮਦਰ ਵਾਜ 12 ਈਅਰ ਓਲਡ। ਅਤੇ ਉਹਨਾਂ ਦੇ ਜਿਹੜੇ ਮੇਰੀ ਮਦਰ ਦੇ ਚਾਚਾ ਜੀ ਸੀ ਉਹਨਾਂ ਦੇ ਵਿਆਹ ਕਰਾਏ ਮੇਰੀ ਮਦਰ ਦਾ ਮੇਰੇ ਫਾਦਰ ਦੇ ਨਾਲ, ਅਤੇ ਉਹਨਾਂ ਨੇ ਵਿਆਹ ਕਰਾਇਆ ਮੇਰੇ ਮਾਮੇ ਦਾ। ਮਾਮਾ ਦੇ ਨਾਂ ਸੀ ਲਾਲਾ ਅਮਰਨਾਥ, ਅਤੇ ਇਹ ਸਬਜ਼ੀ ਮੰਡੀ ਦੇ ਰਹਿਣ ਵਾਲੇ ਸੀ ਰਾਵਲਪਿੰਡੀ, ਜਿਸ ਦੀ ਮੈਂ ਤਸਵੀਰ ਹੁਣ ਖਿੱਚਾਂਗਾ ਜਾ ਕੇ ਨੈਕਸਟ 2-3 ਡੇਜ਼ ਦੇ ਵਿੱਚ। ਓਕੇ, ਅਤੇ ਤੁਸੀਂ ਕਿੰਨੇ ਸਾਲ ਦੀ ਉਮਰ ਵਿੱਚ ਸਕੂਲ ਪੜ੍ਹਨਾ ਸ਼ੁਰੂ ਕੀਤਾ? ਮੈਂ ਮੇਰਾ ਪਹਿਲਾ ਸਕੂਲ ਸੀ ਕਿਉਂਕਿ ਫਾਦਰ ਦੇ ਇਨਫਲੂਐਂਸ ਦੇ ਨਾਲ, ਅਤੇ ਮਦਰ ਨੇ ਕਿਹਾ ਵੀ ਇੱਥੇ ਨਾਰਮਲ ਸਕੂਲ ਨੇੜੇ ਹੈ ਅਤੇ ਮੇਰੇ ਭਰਾ ਦੀਆਂ ਧੀਆਂ ਉੱਥੇ ਨਾਰਮਲ ਸਕੂਲ ਜਾਂਦੀਆਂ ਨੇ ਜਿਹੜਾ ਕਿ ਨਹਿਰੂ ਰੋਡ ਦੇ ਉੱਪਰ ਹੈ, ਅਤੇ ਇਸ ਨੂੰ ਵੀ ਉੱਥੇ ਪਾ ਦਿਓ, ਅਤੇ ਇਸ ਨੂੰ ਉੱਥੇ ਪਾਓ ਤਾਂ ਉੱਥੇ ਖੇਡ ਖਾਡ ਕੇ ਆ ਜਾਏਗਾ। ਅਤੇ ਉਹ ਮੈਂ ਤੁਹਾਨੂੰ ਇੱਕ ਉੱਥੇ ਦੀ ਇਗਜ਼ਾਮਪਲ ਦੇਣੀ ਚਾਹੁੰਦਾ ਕਿ ਉੱਥੇ ਇੱਕ ਜਿਹੜੀ ਸਕੂਲ ਮਿਸਟਰੈਸ ਸੀ ਉਸ ਵੇਲੇ, ਹੈਡਮਿਸਟਰੈਸ ਜਾਂ ਮਿਸਟਰੈਸ ਹੋਣੀ ਹੈ ਮੈਨੂੰ ਨਹੀਂ ਪਤਾ, ਉਸਦੀ ਲੜਕੀ ਸੀ, ਉਹ ਮੇਰੀ ਉਮਰ ਦੀ ਸੀ, ਉਸਦਾ ਨਾਂ ਸੀ ਨਯਰ ਸੁਲਤਾਨਾ, ਮੈਨੂੰ ਅਜੇ ਤੱਕ ਯਾਦ ਹੈ ਉਹ ਨਾਂ, ਭੁੱਲਦਾ ਨਹੀਂ ਇਸ ਵਾਸਤੇ ਕਿ ਮੈਂ ਉੱਥੇ 15-20 ਦਿਨ ਪੜ੍ਹਿਆ ਹੋਣਾ, ਮੇਰੇ ਕੋਲ ਪੜ੍ਹਿਆ ਕੇ ਖੇਡਿਆ ਹੋਣਾ ਉੱਥੇ, ਅਤੇ ਖੇਡ ਕੇ ਅਤੇ ਵਾਪਸ ਆਇਆ, ਅਤੇ ਵਾਪਸ ਆਉਣ ਵੇਲੇ ਉਹ ਮੈਂ ਨਯਰ ਸੁਲਤਾਨਾ ਨੂੰ ਕਿਹਾ ਕਿ ਅੱਜ ਤੂੰ ਚਾਹ ਮੇਰੇ ਨਾਲ ਪੀ, ਅਤੇ ਉਹ ਸ਼ਾਮਿਲ ਹੋਈ ਅਤੇ ਉਹ ਆ ਗਈ ਆਪਣੀ ਨੌਕਰਾਣੀ ਦੇ ਨਾਲ, ਮਾਂ ਨੇ ਭੇਜ ਤਾ ਵੀ ਜਾਓ ਨੌਕਰਾਣੀ ਨਾਲ,
ਤੇ ਨੌਕਰਾਣੀ ਨਾਲ ਆਈ ਤੇ ਦੂਰੋਂ ਮੈਂ ਦੇਖਿਆ ਤੇ ਮੈਂ ਛਪ ਗਿਆ ਅੱਗੇ ਪਿੱਛੇ ਛਪ ਗਿਆ ਤੇ ਫਿਰ ਨੌਕਰ ਢੂੰਡਣ ਵੀ ਕਿੱਧਰ ਚਲਾ ਗਿਆ ਜਦ ਤੱਕ ਕਿੱਧਰ ਗਿਆ ਨਿੱਕਾ ਕਿੱਧਰ ਗਿਆ ਕਿਉਂਕਿ ਮੇਰਾ ਪੈਟ ਨਾਂ ਉਸ ਵਕਤ ਨਿੱਕਾ ਸੀ ਨਿੱਕਾ ਹਾਂ ਕਿਉਂਕਿ ਮੈਂ ਸਾਰਿਆਂ ਭਰਾਵਾਂ ਵਿੱਚੋਂ ਛੋਟਾ ਸੀ ਤੇ ਪਿੰਡੀ ਦੀ ਲੈਂਗੁਏਜ ਵਿੱਚ ਜਿਹੜਾ ਛੋਟਾ ਹੁੰਦਾ ਉਹਨੂੰ ਨਿੱਕਾ ਹੀ ਕਿਹਾ ਜਾਂਦਾ ਨਿੱਕਾ ਹੀ ਕਹਿੰਦੇ ਤੇ ਉਸ ਵੇਲੇ ਫਿਰ ਮੈਂ ਛੱਪਣ ਲੱਗਿਆ ਅੱਗੇ ਪਿੱਛੇ ਲੇਕਿਨ ਕਿਉਂਕਿ ਮੈਂ ਮਦਰ ਨੂੰ ਦੱਸਿਆ ਹੀ ਨਹੀਂ ਸੀ ਕਿ ਮੈਂ ਨੇਰ ਸੁਲਤਾਨ ਨੂੰ ਕਿਹਾ ਵੀ ਮੇਰੇ ਨਾਲ ਚਾਹ ਪੀ ਮੈਂ 5 ਸਾਲ ਦਾ ਸੀ ਉਸ ਵੇਲੇ ਵੈਰੀ ਗੁੱਡ ਹਾਂ ਤੇ ਉਹ ਆ ਗਈ ਉੱਥੇ ਤੇ ਮੈਂ ਛੱਪ ਛੁਪ ਗਿਆ ਅੱਗੇ ਪਕੜ ਕੇ ਨੌਕਰ ਲੈ ਆਏ ਮੈਨੂੰ ਤੇ ਕਹਿੰਦੇ ਤੂੰ ਇਨਵਾਈਟ ਕੀਤਾ ਤੇ ਹੁਣ ਕਿੱਧਰ ਦੌੜ ਕੇ ਜਾਂਦਾ ਪੈ ਤੇ ਉਹ ਫਿਰ ਮੇਰੀ ਮਦਰ ਨੇ ਮੈਨੂੰ ਥੋੜ੍ਹਾ ਜਿਹਾ ਛਿੜਕਿਆ ਜਿਹੜੀਆਂ ਮਦਰ ਛਿੜਕਦੀਆਂ ਸੀ ਥੋੜ੍ਹਾ ਜਿਹਾ ਉਸ ਟਾਈਮ ਤੇ ਉਹ ਮੈਂ ਫਿਰ ਬੈਠ ਗਿਆ ਉੱਥੇ ਤੇ ਉਹ ਬਿਸਕਿਟ ਖਾਧੇ ਕੋਈ ਜਿਹੜੀ ਮਠਿਆਈ ਘਰ ਵਿੱਚ ਸੀ ਉਹ ਖਿਲਾ ਕੇ ਤੇ ਮੇਰੀ ਮਦਰ ਨੇ ਪੁੱਛਿਆ ਬਈ ਬੱਚੀ ਤੂੰ ਦੁੱਧ ਪੀਂਦੀ ਹੈ ਕਿ ਚਾਹ ਪੀਂਦੀ ਹੈ ਤੇ ਮੈਂ ਦੁੱਧ ਨਹੀਂ ਸੀ ਪੀਂਦਾ ਉਸ ਵੇਲੇ ਤੇ ਉਹ ਕਹਿਣ ਲੱਗੀ ਮੈਂ ਤੇ ਦੁੱਧ ਪੀਂਦੀ ਹਾਂ ਤੇ ਉਸਨੂੰ ਦੁੱਧ ਪਿਲਾ ਦਿੱਤਾ ਸੋ ਮੈਂ ਹੁਣ ਉਸ ਨੇਰ ਸੁਲਤਾਨਾ ਨੂੰ ਢੂੰਡਦਾ ਕਈ ਦਫ਼ਾ ਮੈਂ ਕਿਹਾ ਬਈ ਮੈਨੂੰ ਨੇਰ ਸੁਲਤਾਨਾ ਦਾ ਕੋਈ ਐਡਰੈਸ ਜਾਂ ਕੋਈ ਮੇਰੀ ਉਮਰ ਦੀ ਹੋਣੀ ਹੈ ਕਿਉਂਕਿ ਮੈਂ ਇਸ ਵੇਲੇ 86 ਸਾਲ ਦਾ ਹੈ ਅਤੇ ਮੈਂ 87 ਸਾਲ ਦਾ ਅਤੇ ਮੈਨੂੰ 88 ਸਾਲ ਲੱਗਾ ਹੋਇਆ ਅਤੇ ਉਹ ਮੇਰੀ ਉਮਰ ਦੀ ਹੋਣੀ ਹੈ ਪਤਾ ਨਹੀਂ ਹੈ ਕਿ ਨਹੀਂ ਹੈ ਜ਼ਬਰਦਸਤ ਤੇ ਇੱਕ ਵਾਕਿਆ ਤੁਸੀਂ ਜਦੋਂ ਲੜਕੀਆਂ ਦੇ ਸਕੂਲ ਪੜ੍ਹਨ ਲਈ ਗਏ ਤੁਸੀਂ ਉਹ ਸ਼ੇਅਰ ਕਰੋ ਜ਼ਰਾ ਪਲੀਜ਼ ਬੱਚੇ ਹੀ ਸਨ ਬਿਲਕੁਲ ਮੇਰੀ ਉਮਰ ਦੀਆਂ ਲੜਕੀਆਂ ਸਨ ਤੇ ਮੈਂ ਸਾਰਿਆਂ ਵਿੱਚੋਂ ਸਿਰਫ ਇੱਕੋ ਹੀ ਆਦਮੀ ਮੈਂ ਲੜਕਾ ਸਾਂ ਉਹ ਸਕੂਲ ਤੇ ਉਹ ਖੇਡ ਖਾੜ ਕੇ ਤੇ ਵਾਪਸ ਆ ਰਹੇ ਸੀ ਨਹੀਂ ਉਹ ਤੁਸੀਂ ਉਹ ਗੈਟਅਪ ਜਿਹੜਾ ਉਹ ਤੁਸੀਂ ਦੱਸ ਰਹੇ ਸੀ ਨਹੀਂ ਉਹੀ ਮੈਂ ਕਿਹਾ ਨਾ ਕਿ ਮੈਂ ਫਿਰ ਖੇਡ ਖਾੜ ਕੇ ਤੇ ਘਰ ਆ ਜਾਈਦਾ ਸੀ ਕਿ ਲੇਡੀ ਸਕੂਲ ਦੇ ਲੜਕੀਆਂ ਦੇ ਸਕੂਲ ਵਿੱਚ ਤੁਹਾਨੂੰ ਪਰਮਿਸ਼ਨ ਕਿਵੇਂ ਮਿਲ ਗਈ ਲੜਕੀਆਂ ਦੇ ਸਕੂਲ ਵਿੱਚੋਂ ਮੈਨੂੰ ਇਹ ਪਸੰਦ ਆ ਗਈ ਨੇਰ ਸੁਲਤਾਨਾ ਜਿਸ ਨੂੰ ਮੈਂ ਕਿਹਾ ਬਈ ਤੂੰ ਘਰ ਆ ਜਾ ਦੈਟਸ ਵੈਰੀ ਗ੍ਰੇਟ ਤੇ ਫਿਰ ਤੁਸੀਂ ਕਿਹੜੇ ਸਕੂਲ ਦੇ ਵਿੱਚ ਤੁਸੀਂ ਬੋਇਸ ਕਿਹੜੇ ਸਕੂਲ ਵਿੱਚ ਪੜ੍ਹੇ ਬੋਇਸ ਸਕੂਲ ਦੇ ਵਿੱਚ ਮੈਨੂੰ ਪਹਿਲੇ ਪਾਇਆ ਇਹਨਾਂ ਨੇ ਪ੍ਰੈਜੈਂਟੇਸ਼ਨ ਕਾਨਵੈਂਟ ਸਕੂਲ ਜਿਹੜਾ ਕਿ ਕੈਂਟੋਨਮੈਂਟ ਦੇ ਵਿੱਚ ਹੈ ਠੀਕ ਹੈ ਤੇ ਉਹ ਸਕੂਲ ਜਿਹੜਾ ਸੀ ਉਹ ਹੈ ਸੀ ਕਿ ਨਾ ਬੋਇਜ਼ ਐਂਡ ਗਰਲਸ ਇਟ ਵਾਜ਼ ਅ ਕੋ ਐਜੂਕੇਸ਼ਨ ਮਿਕਸ ਕੋ ਐਜੂਕੇਸ਼ਨਲ ਸਕੂਲ ਤੇ ਉੱਥੇ ਕਾਫੀ ਲੜਕੇ ਪੜ੍ਹਦੇ ਸੀ ਤੇ ਲੜਕੀਆਂ ਵੀ ਪੜ੍ਹਦੀਆਂ ਸੀ ਤੇ ਵੱਡੀਆਂ ਲੜਕੀਆਂ ਨੂੰ ਹੁਕਮ ਹੁੰਦਾ ਸੀ ਨਨਸ ਟੋਟਲੀ ਨਨਸ ਤੇ ਨਨ ਜਿਹੜੀਆਂ ਸੀ ਉਹ ਕਾਲੇ ਕੱਪੜੇ ਪਾਏ ਹੁੰਦੇ ਸੀ ਇਹ ਜਿਹੜੇ ਹੁੰਦੇ ਨੇ ਨਨ ਦੇ ਫਿਰ ਉਸਦੇ ਬਾਅਦ ਮੈਨੂੰ ਕਿਉਂਕਿ ਮੈਂ ਉੱਥੇ ਡਰੈਸ ਜਿਹੜੀ ਸੀ ਦੈਟ ਵਾਜ ਗ੍ਰੇ ਫਲੈਨਲ ਤੇ ਨਾਲੇ ਉੱਪਰ ਸਿਲਕ ਦੀ ਕਮੀਜ਼ ਉਹ ਫਿਰ ਸਿਲਕ ਦੀਆਂ ਦੋ ਘੋੜੇ ਦੀ ਸਿਲਕ ਹੁੰਦੀ ਸੀ ਦੋ ਘੋੜੇ ਕਿ ਚਾਰ ਘੋੜੇ ਮੈਨੂੰ ਆਈ ਡੋਂਟ ਰਿਮੈਂਬਰ ਦਾ ਲੇਕਿਨ ਉਹ ਸਿਲਕ ਕਾਫੀ ਦੇਰ ਤੱਕ ਚੱਲੀ ਹੈ ਇੰਡੀਆ ਦੇ ਵਿੱਚ ਵੀ ਅਤੇ ਪਾਕਿਸਤਾਨ ਦੇ ਵਿੱਚ ਵੀ ਅਤੇ ਉਹ ਸਿਲਕ ਜਿਹੜੀ ਹੈ ਉਹ ਪਾ ਕੇ ਜਾਣੀ ਅਤੇ ਫਿਰ ਜਦ ਸਰਦੀਆਂ ਆਉਂਦੀਆਂ ਸੀ ਅਤੇ ਉਸ ਵੇਲੇ ਸਾਵੇ ਰੰਗ ਦਾ ਕੋਟ ਪਾਉਣਾ ਅਤੇ ਨਾਲੇ ਉਸਦਾ ਸਕੂਲ ਦਾ ਐਮਬਲਮ ਲਗਾਇਆ ਹੁੰਦਾ ਸੀ ਸਾਵੇ ਦਾ ਮਤਲਬ ਜੀ ਸਬਜ਼ ਹੈ ਗ੍ਰੀਨ ਹੈ ਹਰਾ ਹੈ ਅੱਗੇ ਜੀ ਸਬਜ਼ ਸਬਜ਼ ਹਾਂਜੀ ਸਬਜ਼ ਹਾਂ ਤੇ ਫਿਰ ਉਸਦੇ ਬਾਅਦ ਇੱਕ ਚਾਈਨੀਜ਼ ਲੜਕਾ ਸੀ ਕਿਉਂਕਿ ਚਾਈਨੀਜ਼ ਸ਼ਾਪਸ ਇੱਥੇ ਸੀ ਅਤੇ ਚਾਈਨੀਜ਼ ਉਸ ਵੇਲੇ ਦੀ ਜਿਹੜੀ ਚਾਈਨੀਜ਼ ਰੋਟੀ ਵਗੈਰਾ ਬਣਦੀ ਹੁੰਦੀ ਹੈ ਜਿਹੜੀ ਅਸੀਂ ਹੁਣ ਕਹਿੰਦੇ ਚਾਈਨੀਜ਼ ਫੂਡ ਖਾਣੀ ਫਲਾਣੇ ਫੂਡ ਖਾਣੀ ਅਤੇ ਉਸ ਵਕਤ ਦੀ ਜਿਹੜੀ ਚਾਈਨੀਜ਼ ਸੀ ਯਾ ਦੇਵਰ ਸ਼ੂ ਮੇਕਰਸ ਔਰ ਦੇਵਰ ਰਨਿੰਗ ਸਮ ਮਾਈਨਰ ਰੈਸਟੋਰਾਂ ਕਿਉਂਕਿ ਮੇਜਰ ਰੈਸਟੋਰਾਂ ਪਿੰਡੀ ਦੇ ਵਿੱਚ ਸਾਰੇ ਜਿਹੜੇ ਸੀ ਜਾਂ ਗੋਰੇ ਰੰਗ ਕਰਦੇ ਸੀ ਅਤੇ ਜਾਂ ਕੋਈ ਹਿੰਦੂ ਸਿੱਖ ਰੰਗ ਕਰਦਾ ਸੀ ਅਤੇ ਉਸ ਵੇਲੇ ਉਹ ਚਾਈਨੀਜ਼ ਲੜਕਾ ਜਿਹੜਾ ਸੀ ਮੇਰੇ ਕੋਲ ਥੋੜ੍ਹਾ ਵੱਡਾ ਸੀ ਅਤੇ ਜੋ ਮੈਨੇ ਉਸਨੂੰ ਦੇਖਣਾ ਕਿਉਂਕਿ ਪਗੜੀ ਮੈਂ ਘਰੋਂ ਬਣਾ ਕੇ ਜਾਂਦਾ ਸੀ ਅਤੇ ਜੋ ਮੈਨੂੰ ਉਸਨੇ ਦੇਖਣਾ ਦੌੜ ਕੇ ਆਉਣਾ ਅਤੇ ਮੇਰੀ ਪਗੜੀ ਲਾ ਦਿੰਦਾ ਸੀ ਮੇਰੀ ਪਗੜੀ ਲਾ ਦੇਣੀ ਤੇ ਫਿਰ ਮੈਂ ਪਗੜੀ ਤੇ ਫਿਰ ਬੰਨ ਨਹੀਂ ਸੀ ਸਕਦਾ
ਤੇ ਪਗੜੀ ਮੇਰੀ ਗਲੇ ਵਿੱਚ ਪਈ ਹੁੰਦੀ ਸੀ ਦਸਤਾਰ ਤੁਹਾਡੀ ਜਿਹੜੀ ਸੀ ਤੇ ਆਈ ਯੂਸ ਟੂ ਸਪੈਂਡ ਦਾ ਹੋਲ ਡੇ ਲਾਈਕ ਦੈਟ ਤੇ ਫਿਰ ਲੜਕੀਆਂ ਆਉਂਦੀਆਂ ਸੀ ਇਨ ਦਾ ਰਿਸੈਸ ਪੀਰੀਅਡ ਤੇ ਉਹਨਾਂ ਨੂੰ ਆਰਡਰ ਹੁੰਦਾ ਸੀ ਵੀ ਬੱਚਿਆਂ ਦੇ ਮੂੰਹ ਧੋਵੋ ਤੇ ਸਾਬਣ ਸਾਬਣ ਫਸਟ ਕਲਾਸ ਸਾਬਣ ਖੁਸ਼ਬੋ ਵਾਲਾ ਸਾਬਣ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਤੇ ਉਹ ਲੜਕੀਆਂ ਨੇ ਵੱਡੀਆਂ ਲੜਕੀਆਂ ਨੇ ਸਾਡੇ ਮੂੰਹ ਧੋਣੇ ਹੱਥ ਧੋਣੇ ਦਿਸ ਵਾਜ ਦਾ ਐਟੀਕੇਟ ਆਫ ਦੈਟ ਬ੍ਰਿਟਿਸ਼ਰਸ ਐਟ ਦੈਟ ਟਾਈਮ ਇਨ ਕੋਨਵੈਂਟ ਸਕੂਲਸ ਓਕੇ ਐਂਡ ਇਟ ਵਾਜ ਅ ਗੁੱਡ ਐਟੀਕੇਟ ਤੁਸੀਂ ਫਿਰ ਕਿੰਨੀ ਦੇਰ ਕੋਨਵੈਂਟ ਚ ਪੜੇ ਹੈਂਜੀ ਕਿੰਨੀ ਦੇਰ ਕੋਨਵੈਂਟ ਚ ਪੜੇ ਮੇਰੇ ਖਿਆਲ 6 ਮਹੀਨੇ ਗਿਆ ਹੋਣਾ ਜਾਂ ਸਾਲ ਗਿਆ ਹੋਣਾ ਤੇ ਤੁਸੀਂ ਫਿਰ ਉਸਦੇ ਬਾਅਦ ਮੈਂ ਗਿਆ ਜੀ ਸਿੰਘ ਸਭਾ ਸਕੂਲ ਰਾਜਾ ਬਾਜ਼ਾਰ ਦੇ ਵਿੱਚ ਜੀ ਠੀਕ ਹੈ ਰਾਜਾ ਬਾਜ਼ਾਰ ਸਿੰਘ ਸਭਾ ਸਕੂਲ ਗਿਆ ਤੇ ਉੱਥੇ ਮਾਸਟਰ ਨੇ ਮੈਨੂੰ ਖੜਾ ਕਰਕੇ ਤੇ ਕਹਿਣਾ ਜੀ ਇਹ ਲੜਕਾ ਅੰਗਰੇਜ਼ੀ ਬੋਲਦਾ ਤੇ ਫਿਰ ਮੈਨੂੰ ਕਹਿਣਾ ਭਾਈ ਕਿ ਤੇਰਾ ਵਟ ਇਜ਼ ਯੋਰ ਨੇਮ ਤੇ ਮੈਂ ਕਹਿਣਾ ਜੀ ਕਮਰਜੀਤ ਸਿੰਘ ਮਲਿਕ ਤੇ ਵੇਅਰ ਹੈਵ ਯੂ ਕਮ ਫਰੋਮ ਮੈਂ ਕਿਹਾ ਜੀ ਕੋਨਵੈਂਟ ਸਕੂਲ ਪ੍ਰੈਜੈਂਟੇਸ਼ਨ ਕਾਨਵੈਂਟ ਸਕੂਲ ਕੰਟੋਨਮੈਂਟ ਤੇ ਫਿਰ ਉਸਨੇ ਕੋਈ ਹੋਰ ਕੁਐਸਚਨ ਪੁੱਛਣਾ ਇਸ ਤਰ੍ਹਾਂ ਦੋ ਤਰ੍ਹਾਂ ਕੁਐਸਚਨ ਪੁੱਛ ਕੇ ਤੇ ਲੜਕੇ ਬੜੇ ਇੰਪ੍ਰੈਸ ਹੋਣੇ ਕਿ ਅੰਗਰੇਜ਼ੀ ਬੋਲਦਾ ਅੰਗਰੇਜ਼ੀ ਸਮਝਦਾ ਸੋ ਦੈਟ ਵਾਜ਼ ਦਾ ਥਿੰਗ ਤੇ ਉਸਦੇ ਬਾਅਦ ਮੈਂ ਉੱਥੋਂ ਪੰਜਵੀਂ ਜਮਾਤ ਤੱਕ ਪੜ੍ਹਿਆ ਆਫਟਰ ਦੈਟ ਆਈ ਵੈਂਟ ਟੂ ਖਾਲਸਾ ਹਾਈ ਸਕੂਲ ਜਿਹੜਾ ਕਿ ਹੁਣ ਅੱਜ ਕੱਲ੍ਹ ਨਾਮ ਬਦਲਿਆ ਉਸਦਾ ਮੁਸਲਿਮ ਹਾਈ ਸਕੂਲ ਟੂ ਮੇਰਾ ਖਾਲਸਾ ਖਾਲਸਾ ਹਾਈ ਸਕੂਲ ਤੇ ਖਾਲਸਾ ਹਾਈ ਸਕੂਲ ਜਿਹੜਾ ਸੀ ਉਹ ਸੈਦਪੁਰ ਰੋਡ ਦੇ ਥੋੜ੍ਹਾ ਜਿਹਾ ਸੰਤਾਨ ਧਰਮ ਸਕੂਲ ਦੇ ਨਾਲ ਸੀ ਸੁਣੋ ਸੁਣੋ ਉਹ ਜਿਹੜਾ ਸੀ ਥੋੜ੍ਹਾ ਜਿਹਾ ਅੰਦਰ ਰਾਈਟ ਸਾਈਡ ਸੀ ਤੇ ਅਸੀਂ ਜਾਂ ਪੈਦਲ ਚਲੇ ਜਾਣੇ ਤੇ ਜਾਂ ਜੇ ਬਾਰਿਸ਼ ਵਰਸਤੀ ਹੋਏ ਤੇ ਅਗਰ ਫਾਦਰ ਰਾਵਲਪਿੰਡੀ ਹੋਣ ਤੇ ਫਿਰ ਮੋਟਰ ਵਿੱਚ ਚਲੇ ਜਾਣਾ ਨਹੀਂ ਤੇ ਟਾਂਗਾ ਹੁੰਦਾ ਸੀ ਸਾਡੇ ਕੋਲ ਤੇ ਟਾਂਗੇ 'ਤੇ ਚਲੇ ਜਾਣਾ ਉੱਥੇ ਤੇ ਸਨਾਤਨ ਹਾਈ ਸਕੂਲ ਜਿਹੜੀ ਹੈ ਇਹ ਜਿਹੜੀ ਸੀ ਇਹ ਅਸਗਰ ਮਾਲ ਰੋਡ ਦੇ ਉੱਪਰ ਥੋੜ੍ਹੀ ਖੱਬੇ ਪਾਸੇ ਸੀ ਅਤੇ ਖੱਬੇ ਪਾਸੇ ਹੋਣ ਦੀ ਵਜ੍ਹਾ ਕਰਕੇ ਅੱਗੇ ਸਾਰੇ ਮੈਦਾਨ ਸਨ ਰੜੇ ਮੈਦਾਨ ਅਤੇ ਕੋਈ ਉੱਥੇ ਹੈ ਨਹੀਂ ਸੀ ਮਕਾਨ ਸ਼ਕਾਨ ਚੜਿਆ ਹੋਇਆ ਲੇਕਿਨ ਪਰੇ ਦੂਰ ਜਾ ਕੇ ਇੱਕ ਮੁਸਲਮਾਨਾਂ ਦਾ ਗ੍ਰਾਂ ਸੀ ਹੁਣ ਮੈਨੂੰ ਯਾਦ ਨਹੀਂ ਨਾ ਉਸਦਾ ਗ੍ਰਾਂ ਦਾ ਨਾਮ ਤੁਸੀਂ ਫਿਰ ਮੈਟ੍ਰਿਕ ਜਿਹੜੀ ਹੈ ਖਾਲਸਾ ਹਾਈ ਸਕੂਲ ਤੋਂ ਕੀਤੀ ਨਹੀਂ ਮੈਟ੍ਰਿਕ ਮੈਂ ਮੈਟ੍ਰਿਕ ਦਾ ਵੀ ਬੜਾ ਅਜੀਬ ਹਿਸਾਬ ਹੈ ਤੁਸੀਂ ਪਹਿਲਾ ਜਿਹੜਾ ਆਇਆ ਨਾ ਪਹਿਲਾ ਮਾਰਚ ਦਾ ਮਹੀਨਾ ਜੀ ਤੇ ਮਾਰਚ ਦੇ ਮਹੀਨੇ ਵਿੱਚ ਰਾਵਲਪਿੰਡੀ ਸ਼ਹਿਰ ਦੇ ਵਿੱਚ ਰਾਇਟਸ ਹੋ ਗਏ ਤੇ ਰਾਵਲਪਿੰਡੀ ਸ਼ਹਿਰ ਦੇ ਵਿੱਚ ਰਾਇਟਸ ਜਿਹੜੇ ਹੋਏ ਉਸਦੇ ਵਿੱਚ ਕੋਈ ਡੈਮੇਜ ਨਹੀਂ ਹੋਇਆ ਕਿਹੜਾ ਸਨ ਸੀ 1947 ਮੰਥ ਆਫ 3rd ਆਫ ਮਾਰਚ 3rd ਮਾਰਚ 1947 ਯੈਸ ਤੇ ਰਾਇਟਸ ਸ਼ੁਰੂ ਹੋ ਗਏ ਹਾਂ ਤੇ ਇਹ ਜਿਹੜੇ ਬਲੱਡਸ਼ੈਡ ਸੀ ਦੈਟ ਵਾਜ ਮੋਰ ਮੈਸੇਕਰ ਆਫ ਹਿੰਦੂ ਸਿੱਖਸ ਇਨ ਦਾ ਵਿਲੇਜਿਸ ਵੇਅਰ ਦਾ ਪਾਪੂਲੇਸ਼ਨ ਆਫ ਹਿੰਦੂ ਸਿੱਖਸ ਵਾਜ 5-7% ਰੈਸਟ ਆਲ ਮੁਸਲਿਮਸ ਐਂਡ ਇਹ ਜਿਹੜੀ ਕੋਟੇ ਦੀ ਸਾਈਡ ਹੈ ਇਸ ਪਾਸੇ ਮੈਕਸੀਮਮ ਡੈਮੇਜ ਹੋਇਆ ਜੀ ਜਿਹੜਾ ਤਹਿਸੀਲ ਕੋਟਾ ਮੈਕਸੀਮਮ ਡੈਮੇਜ ਇੱਧਰ ਹੋਇਆ ਜੀ ਜੀ ਤੇ ਬਾਕੀ ਹੁਣ ਜਿੱਥੇ ਪਿਸ਼ੋਰ ਸਾਈਡ ਉਸ ਪਾਸੇ ਮਿਨੀਮਮ ਡੈਮੇਜ ਹੋਇਆ ਓਕੇ ਤੇ ਤੁਸੀਂ ਰਾਈਡ ਸ਼ੁਰੂ ਹੋ ਗਏ ਮਾਰਚ 1947 ਦੇ ਵਿੱਚ 1947 ਬਟ ਦੈਟ ਵਾਸ ਐਂਡ ਅੰਡਰ ਬ੍ਰਿਟਿਸ਼ ਰਾਜ ਜੀ ਤੇ ਬ੍ਰਿਟਿਸ਼ ਰਾਜ ਦੇ ਵਿੱਚ ਵਿਦ ਇਨ 15 ਡੇਜ਼ ਆਰ ਸੋ ਐਵਰੀਥਿੰਗ ਵਾਸ ਅੰਡਰ ਕੰਟਰੋਲ ਓਕੇ ਸੋ ਦੈਨ ਅਨਾਊਂਸਮੈਂਟ ਫਾਰ ਪਾਰਟੀਸ਼ਨ ਕੇਮ ਗੱਲ ਪਹੁੰਚ ਗਈ ਹੈ ਖੋਰੇ ਸੱਚ 47 ਦੇ ਉੱਤੇ ਤੇ ਮੈਂ ਦੁਬਾਰਾ ਹਾਜ਼ਰ ਹੋਣਾ ਵਾਂ ਪ੍ਰੋਗਰਾਮ ਨੂੰ ਲੈ ਕੇ ਖੋਰੇ ਸੱਚ 47 ਦੇ ਹੁਣ ਤੱਕ ਮਲਿਕ ਸਾਹਿਬ ਨੇ ਆਪਣੇ ਬਚਪਨ ਦੀਆਂ ਯਾਦਾਂ ਸ਼ੇਅਰ ਕੀਤੀਆਂ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਬਈ ਪਿੰਡੀ ਦੇ ਵਿੱਚ ਰਾਈਡਸ ਸ਼ੁਰੂ ਹੋ ਗਏ ਔਰ ਰਾਈਡਸ ਜਿਹੜੇ ਨੇ ਉਹਨਾਂ 'ਚ ਬਹੁਤ ਜ਼ਿਆਦਾ ਸਾਰਾ ਜਾਨੀ ਨੁਕਸਾਨ ਸਾਈਡਾਂ ਦੇ ਉੱਤੇ ਹੋਇਆ ਨੋਟ ਇਨ ਰਾਵਲਪਿੰਡੀ ਸਿਟੀ ਤਾਂ ਫਿਰ ਹਾਜ਼ਰ ਹੁੰਦਾ ਵਾਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ